ਅਸੀਂ ਗੱਡੀ ਆਰਾਮ ਨਾਲ ਸਾਡੀ ਆ ਰਹੀ ਸੀ, ਮੋਟਰਸਾਈਕਲ ਵਾਲਾ ਆਇਆ ਸਾਨੂੰ ਪਤਾ ਨਹੀਂ ਕੌਣ ਕੌਣ ਵਜਾਉਂਦੇ ਵਜਾਉਂਦੇ ਨੇ ਗੱਡੀ ਇੱਕ ਸਾਈਡ ਲੱਗ। ਕਿੰਨੀਆਂ ਸਵਾਰੀਆਂ ਸੀਗੀਆਂ ਵਿੱਚ? ਸਵਾਰੀਆਂ ਹੈਗੀਆਂ 14-15 ਕਰੀਬ ਨੇ, ਸਾਡੇ 2-3 ਬੱਚੇ ਨਹੀਂ ਮਿਲ ਰਹੇ। ਬੱਚੇ ਕੀ ਨਹਿਰ ਦੇ ਵਿੱਚ ਰੁੜ ਗਏ ਜੀ? ਸ਼ਾਇਦ। ਕਿੰਨੇ ਬੱਚੇ ਸੀ? 4 ਬੱਚੇ ਸੀਗੇ, ਉਹ 'ਚੋਂ 2 ਤਾਂ ਮਿਲ ਗਏ ਜੀ, 2 ਨਹੀਂ ਮਿਲ ਰਹੇ। ਅੱਛਾ ਜੀ, ਤਾਂ ਕਿਹੜੇ ਪਿੰਡ ਤੋਂ ਆ ਰਹੇ ਸੀਗੇ ਜੀ? ਅੱਛਾ ਜੀ, ਡੇਰਾ ਸਾਹਿਬ ਤੋਂ ਆਏ ਜੀ, ਬਾਬਾ ਪ੍ਰਭਾਵ ਜੀ। ਕਿਸ ਤਰ੍ਹਾਂ ਹੋਇਆ ਹਾਦਸਾ, ਕੁਛ ਪਤਾ ਲੱਗਿਆ? ਕੁਛ ਨਹੀਂ ਪਤਾ ਲੱਗਿਆ ਜੀ, ਹੁਣ ਜੇ ਕੰਮ ਤੋਂ ਬਾਹਰ ਆ। ਸਰ ਕਿਵੇਂ ਹੋਇਆ ਜੀ ਹਾਦਸਾ? ਇਹ ਸਰ ਮੱਥਾ ਟੇਕ ਕੇ ਆ ਰਹੇ ਸੀਗੇ, 5:30 ਵਜੇ ਸਾਨੂੰ ਮੈਂ ਫੋਨ ਕਰਿਆ, ਮਹਾਂ ਬੀਬੀ ਵੀ ਠੀਕ ਠਾਕ ਹੋ? ਮੈਨੂੰ ਕਹਿੰਦੇ ਵੀ ਅਸੀਂ ਬਾਬਾ ਸ਼੍ਰੀ ਚੰਦ ਦੇ ਆ ਗਏ। ਮੈਂ ਚੱਲ ਕੋਈ ਨਾ ਬੀਬੀ, ਵੀ ਤੁਸੀਂ ਆਰਾਮ ਨਾਲ ਆ ਜਾਓ, ਕੋਈ ਗੱਲ ਨਹੀਂ, ਠੀਕ ਆ, ਸੁੱਖ ਸਾਂਭ ਆ ਵੀ ਬਾਬਾ ਆਰਾਮ ਨਾਲ ਆਇਓ ਵੀਰੇ। ਉਦੋਂ ਬਾਅਦ ਗੱਲ ਨਹੀਂ ਕੋਈ ਹੋਈ, ਉਦੋਂ ਬਾਅਦ ਆ ਹੀ ਪਤਾ ਮੇਰੇ ਭਾਈ ਨੇ ਮੈਨੂੰ ਫੋਨ ਕਰਿਆ, ਕਹਿੰਦਾ ਵਾਪਰ ਗਏ। ਨਿਜ਼ਾਮਪੁਰ ਪਿੰਡ ਤੋਂ ਆਏ ਸੀ, ਗੱਡੀ ਆਰਾਮ ਨਾਲ ਸਾਡੀ ਆ ਰਹੀ ਸੀ, ਮੋਟਰਸਾਈਕਲ ਵਾਲਾ ਆਇਆ ਸਾਨੂੰ ਪਤਾ ਨਹੀਂ ਕੌਣ ਵਜਾਉਂਦੇ ਵਜਾਉਂਦੇ ਨੇ ਗੱਡੀ ਇੱਕ ਸਾਈਡ ਲੱਗ। ਕਿੰਨੀਆਂ ਸਵਾਰੀਆਂ ਸੀਗੀਆਂ ਵਿੱਚ? ਸਵਾਰੀਆਂ ਹੈਗੀਆਂ 14-15 ਕਰੀਬ ਨੇ, ਸਾਡੇ 2-3 ਬੱਚੇ ਨਹੀਂ ਮਿਲ ਰਹੇ। ਬੱਚੇ ਕੀ ਨਹਿਰ ਦੇ ਵਿੱਚ ਰੁੜ ਗਏ ਜੀ? ਸ਼ਾਇਦ। ਕਿੰਨੇ ਬੱਚੇ ਸੀ? 4 ਬੱਚੇ ਸੀਗੇ, ਉਹ 'ਚੋਂ 2 ਤਾਂ ਮਿਲ ਗਏ ਜੀ, 2 ਨਹੀਂ ਮਿਲ ਰਹੇ। ਅੱਛਾ ਜੀ, ਤਾਂ ਕਿਹੜੇ ਪਿੰਡ ਤੋਂ ਆ ਰਹੇ ਸੀਗੇ ਜੀ? ਅੱਛਾ ਜੀ, ਡੇਰਾ ਸਾਹਿਬ ਤੋਂ ਆਏ ਜੀ, ਬਾਬਾ ਪ੍ਰਭਾਵ ਜੀ। ਕਿਸ ਤਰ੍ਹਾਂ ਹੋਇਆ ਹਾਦਸਾ, ਕੁਛ ਪਤਾ ਲੱਗਿਆ? ਕੁਛ ਨਹੀਂ ਪਤਾ ਲੱਗਿਆ ਜੀ, ਹੁਣ ਜੇ ਕੰਮ ਤੋਂ ਬਾਹਰ ਆ। ਸਰ ਕਿਵੇਂ ਹੋਇਆ ਜੀ ਹਾਦਸਾ? ਇਹ ਸਰ ਮੱਥਾ ਟੇਕ ਕੇ ਆ ਰਹੇ ਸੀਗੇ, 5:30 ਵਜੇ ਸਾਨੂੰ ਮੈਂ ਫੋਨ ਕਰਿਆ, ਮਹਾਂ ਬੀਬੀ ਵੀ ਠੀਕ ਠਾਕ ਹੋ? ਮੈਨੂੰ ਕਹਿੰਦੇ ਵੀ ਅਸੀਂ ਬਾਬਾ ਸ਼੍ਰੀ ਚੰਦ ਦੇ ਆ ਗਏ। ਮੈਂ ਚੱਲ ਕੋਈ ਨਾ ਬੀਬੀ, ਵੀ ਤੁਸੀਂ ਆਰਾਮ ਨਾਲ ਆ ਜਾਓ, ਕੋਈ ਗੱਲ ਨਹੀਂ, ਠੀਕ ਆ, ਸੁੱਖ ਸਾਂਭ ਆ ਵੀ ਬਾਬਾ ਆਰਾਮ ਨਾਲ ਆਇਓ ਵੀਰੇ। ਉਦੋਂ ਬਾਅਦ ਗੱਲ ਨਹੀਂ ਕੋਈ ਹੋਈ, ਉਦੋਂ ਬਾਅਦ ਆ ਹੀ ਪਤਾ ਮੇਰੇ ਭਾਈ ਨੇ ਮੈਨੂੰ ਫੋਨ ਕਰਿਆ, ਕਹਿੰਦਾ ਵਾਪਰ ਗਏ। ਕਿੰਨੀਆਂ ਸਵਾਰੀਆਂ ਕਿੰਨੇ ਸੀਗੇ? ਮੈਂ 14-15 ਸਵਾਰੀਆਂ ਘਰ। ਸਰ ਕਿੰਨੇ ਦੀ ਡੈਥ ਹੋ ਗਈ ਜੀ? ਪਤਾ ਮੈਨੂੰ ਸਰ, ਜਾ ਕੇ ਦੇਖ, 2 ਭਾਈ ਆਏ ਆ ਹੁਣ। ਕਿਹੜੇ ਪਿੰਡ ਤੋਂ ਆਏ ਗੱਡੀ? ਨਿਜ਼ਾਮਪੁਰ ਪਿੰਡ ਤੋਂ ਆਏ। ਉਰੇ ਅਸੀਂ ਗੱਡੀ ਆਰਾਮ ਨਾਲ ਸਾਡੀ ਆ ਰਹੀ ਸੀ, ਮੋਟਰਸਾਈਕਲ ਵਾਲਾ ਆਇਆ ਸਾਨੂੰ ਪਤਾ ਨਹੀਂ ਕੌਣ ਕੌਣ ਵਜਾਉਂਦੇ ਵਜਾਉਂਦੇ ਨੇ ਗੱਡੀ ਇੱਕ ਸਾਈਡ ਲੱਗ। ਕਿੰਨੀਆਂ ਸਵਾਰੀਆਂ ਸੀਗੀਆਂ ਵਿੱਚ? ਸਵਾਰੀਆਂ ਹੈਗੀਆਂ 14-15 ਕਰੀਬ ਨੇ, ਸਾਡੇ 2-3 ਬੱਚੇ ਨਹੀਂ ਮਿਲ ਰਹੇ। ਬੱਚੇ ਕੀ ਨਹਿਰ ਦੇ ਵਿੱਚ ਰੁੜ ਗਏ ਜੀ? ਸ਼ਾਇਦ। ਕਿੰਨੇ ਬੱਚੇ ਸੀ? 4 ਬੱਚੇ ਸੀਗੇ, ਉਹ 'ਚੋਂ 2 ਤਾਂ ਮਿਲ ਗਏ ਜੀ, 2 ਨਹੀਂ ਮਿਲ ਰਹੇ। ਅੱਛਾ ਜੀ, ਤਾਂ ਕਿਹੜੇ ਪਿੰਡ ਤੋਂ ਆ ਰਹੇ ਸੀਗੇ ਜੀ? ਅੱਛਾ ਜੀ, ਡੇਰਾ ਸਾਹਿਬ ਤੋਂ ਆਏ ਜੀ, ਬਾਬਾ ਪ੍ਰਭਾਵ ਜੀ। ਕਿਸ ਤਰ੍ਹਾਂ ਹੋਇਆ ਹਾਦਸਾ, ਕੁਛ ਪਤਾ ਲੱਗਿਆ? ਕੁਛ ਨਹੀਂ ਪਤਾ ਲੱਗਿਆ ਜੀ, ਹੁਣ ਜੇ ਕੰਮ ਤੋਂ ਬਾਹਰ ਆ। ਸਰ ਕਿਵੇਂ ਹੋਇਆ ਜੀ ਹਾਦਸਾ? ਇਹ ਸਰ ਮੱਥਾ ਟੇਕ ਕੇ ਆ ਰਹੇ ਸੀਗੇ, 5:30 ਵਜੇ ਸਾਨੂੰ ਮੈਂ ਫੋਨ ਕਰਿਆ, ਮਹਾਂ ਬੀਬੀ ਵੀ ਠੀਕ ਠਾਕ ਹੋ? ਮੈਨੂੰ ਕਹਿੰਦੇ ਵੀ ਅਸੀਂ ਬਾਬਾ ਸ਼੍ਰੀ ਚੰਦ ਦੇ ਆ ਗਏ। ਮੈਂ ਚੱਲ ਕੋਈ ਨਾ ਬੀਬੀ, ਵੀ ਤੁਸੀਂ ਆਰਾਮ ਨਾਲ ਆ ਜਾਓ, ਕੋਈ ਗੱਲ ਨਹੀਂ, ਠੀਕ ਆ, ਸੁੱਖ ਸਾਂਭ ਆ ਵੀ ਬਾਬਾ ਆਰਾਮ ਨਾਲ ਆਇਓ ਵੀਰੇ। ਉਦੋਂ ਬਾਅਦ ਗੱਲ ਨਹੀਂ ਕੋਈ ਹੋਈ, ਉਦੋਂ ਬਾਅਦ ਆ ਹੀ ਪਤਾ ਮੇਰੇ ਭਾਈ ਨੇ ਮੈਨੂੰ ਫੋਨ ਕਰਿਆ, ਕਹਿੰਦਾ ਵਾਪਰ ਗਏ। ਕਿੰਨੀਆਂ ਸਵਾਰੀਆਂ ਕਿੰਨੇ ਸੀਗੇ? ਮੈਂ 14-15 ਸਵਾਰੀਆਂ ਘਰ। ਸਰ ਕਿੰਨੇ ਦੀ ਡੈਥ ਹੋ ਗਈ ਜੀ? ਪਤਾ ਮੈਨੂੰ ਸਰ, ਜਾ ਕੇ ਦੇਖ, 2 ਭਾਈ ਆਏ ਆ ਹੁਣ। ਕਿਹੜੇ ਪਿੰਡ ਤੋਂ ਆਏ ਗੱਡੀ? ਨਿਜ਼ਾਮਪੁਰ ਪਿੰਡ ਤੋਂ ਆਏ।